ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਵਾਲੇਕਮ। ਅੱਛਾ ਜੀ ਭਰਾਵਾਂ ਵਾਸਤੇ 4-7 ਗਾਵਾਂ ਨੇ ਮਾਸ਼ਾਅੱਲਾ, ਅਤੇ ਛੋਟੀ ਜਿਹੀ ਵੀਡੀਓ ਹੈ। ਛੋਟੀ ਜਿਹੀ ਵੀਡੀਓ 'ਚ 7 ਗਾਵਾਂ ਤੁਹਾਨੂੰ ਦਿਖਾਵਾਂਗੇ, ਅਤੇ ਜਿਹਨਾਂ ਵਿੱਚ ਕੋਈ ਗਾਵਾਂ ਸੁਣਨ ਵਾਲੀਆਂ ਨੇ, ਕੋਈ ਸੁਈਆਂ ਹੋਈਆਂ ਨੇ। ਪਹਿਲੇ ਨੰਬਰ 'ਤੇ ਪਿਓਰ ਜਰਸੀ ਕਰਾਸ, ਦੂਸਰਾ ਬੜਾ ਸੋਹਣਾ ਸਿੰਘ ਚੁੰਗੇ ਸਿੰਘ ਨੇ, ਅਤੇ ਥੱਲੋਂ ਮਾਸ਼ਾਅੱਲਾ ਚੰਗਾ ਮੈਦਾਨ ਲਾਈ ਖੜੋਤੀ ਹੈ। ਅੱਜ ਤੱਕ ਦਿਨ ਕੋਈ 10-15 ਦਿਨ ਕੱਚੀ ਹੈ, ਅਤੇ ਥਣ ਬੜਾ ਸੋਹਣਾ, ਬੜੀ ਸੁਥਰੀ ਮਾਸ਼ਾਅੱਲਾ ਵੈੜ ਹੈ, ਅਤੇ ਜਰਸੀ ਕਰਾਸ ਹੈ। ਅਤੇ ਕੀਮਤ ਹੁਣ ਦੱਸਦੀ ਹੈ ਜੀ, ਕੀਮਤ ਹੈਗੀ ਸਿਰਫ 3.5 ਲੱਖ ਰੁਪਈਆ, ਥਣ ਮੁੱਠ ਮੁੱਠ ਦਾ ਸੁਥਰਾ, ਅਤੇ ਦੁੱਧ ਦਾ ਇਨਸ਼ਾਅੱਲਾ ਜੀ 18-20 ਲੀਟਰ ਇਨਸ਼ਾਅੱਲਾ ਦੁੱਧ ਰਿਕਾਰਡ ਕਰੇਗੀ, ਅਤੇ ਬੜੀ ਸੁਥਰੀ ਵੈੜ ਹੈ, ਜਰਸੀ ਕਰਾਸ ਹੈ, ਥਣ ਬੜਾ ਸੋਹਣਾ ਮਾਸ਼ਾਅੱਲਾ ਮੁੱਠ ਮੁੱਠ ਦਾ। ਚੈੱਕ ਕਰ ਲਓ ਜੀ, ਚੰਗਾ ਕੱਦ, 10-11 ਫੁੱਟ ਗਾਂ ਲੰਮੀ। ਦੂਸਰੇ ਨੰਬਰ 'ਤੇ ਗੱਡੀ ਵਾਲੀ ਗਾਂ ਹੈ, ਇਹ ਦੇਸੀ ਅਤੇ ਸਹੀਵਾਲ ਕਰਾਸ ਹੈ, ਡਿਲੀਵਰੀ ਵਾਸਤੇ ਥਾਂ ਤਿਆਰ ਹੈ, ਥਣ ਮੁੱਠ ਮੁੱਠ ਦਾ ਸੁਥਰੀ ਮਾਸ਼ਾਅੱਲਾ। ਉਹਦੀ ਕੀਮਤ ਹੈਗੀ ਹੈ 2,40,000। ਉਸ ਤੋਂ ਬਾਅਦ ਆਹ ਗਾਂ ਜਿਹੜੀ ਹੈ, ਇਹ ਥਣ ਬੜਾ ਸੋਹਣਾ, ਵਲੈਤਨ ਕਰਾਸ ਹੈ, ਸੋਹਣਾ ਸਾਰ ਕੱਦ ਸ਼ੱਦ ਹੈ, ਸੁਥਰੀ ਹੈ ਮਾਸ਼ਾਅੱਲਾ। ਇਹਦੀ ਕੀਮਤ ਹੈਗੀ ਹੈ 3,80,000 ਰੁਪਈਆ, ਅਤੇ ਵੀ ਗੱਬਨ ਹੈ, ਤਿਆਰ ਹੈ, 10-15 ਦਿਨ ਕੱਚੀ ਵਾਲੇ। ਚੈੱਕ ਕਰੋ, ਥਣ ਬੜਾ ਸੋਹਣਾ ਹੈਗਾ ਮਾਸ਼ਾਅੱਲਾ, ਅਤੇ ਇਹ ਵਲੈਤਨ ਅਤੇ ਸਹੀਵਾਲ ਕਰਾਸ ਹੈਗੀ, ਸਿੰਘਾਂ ਵਾਲੀ ਹੈ। ਉਸ ਤੋਂ ਬਾਅਦ ਜੀ ਜਿਹੜੇ ਨਾਲ ਵੈੜ ਖੜੀ ਇੱਥੇ, ਪਹਿਲੇ ਥੱਲੀ ਕਰ ਲਓ ਮਾਸ਼ਾਅੱਲਾ ਆਹ ਗਾਂ ਦੀ, ਚੈੱਕ ਕਰ ਲਓ, ਇਹ ਦੇਸੀ ਸਹੀਵਾਲ ਕਰਾਸ ਹੈ। ਆਹ ਵੈੜ ਜਿਹੜੀ ਹੈ, ਇਹ ਇਕੱਲੀ ਕਰਾਸ ਹੈ, ਵਲੈਤਨ, ਥਣ ਸ਼ਾਹ ਕਾਲਾ, ਸੂਈ ਹੋਈ ਹੈ, ਦੁੱਧ ਹੈਗਾ 12 ਲੀਟਰ, ਥਣ ਬੜਾ ਸੋਹਣਾ ਹੈਗਾ, ਅਗਲਾ ਥਣ ਲੰਮਾ, ਪਿਛਲਾ ਥੋੜ੍ਹਾ ਛੋਟਾ ਹੈ। ਇਹਦੀ ਕੀਮਤ ਹੈਗੀ 3,00,000 ਰੁਪਈਆ, ਕੱਦ ਬੜਾ, ਪਹਿਲਣ ਵੈੜ ਹੈ, ਅਤੇ ਮੂੰਹ ਚੋਲੇ ਜਗ੍ਹਾ ਚੋਗੀ ਹੈ। ਅਤੇ ਉਸ ਤੋਂ ਬਾਅਦ ਇਹਦੀ ਜਿਹੜਾ ਇਹਦੀ ਜਿਹੜੀ ਵੱਛੀ, ਮਗਰ ਤੁਹਾਨੂੰ ਵਿਖਾ ਦਿੰਦੇ, ਵੱਛਿਆ ਸ਼ਾਇਦ ਗੋਰਾ, ਉਹ ਵੀ ਇੱਕ ਸਾਈਡ 'ਤੇ ਖੜ੍ਹਾ, ਉਹ ਵੀ ਤੁਹਾਨੂੰ ਵਿਖਾ ਦਿੰਦੇ ਹਾਂ। ਅਤੇ 2-3 ਗਾਵਾਂ ਹੋਰ ਨੇ ਮਾਸ਼ਾਅੱਲਾ, ਜਿਹੜੀਆਂ ਮਤਲਬ ਕਿ ਸੁਮਣ ਵਾਲੀਆਂ ਨੇ, ਅਤੇ ਨਾ ਕੋਈ, ਹਾਂ ਸੁਮਣ ਵਾਲੀਆਂ, 3 ਗਾਵਾਂ ਸੁਮਣ ਵਾਲੀਆਂ ਨੇ, ਉਹ ਵੀ ਦਿਖਾਉਣੇ ਆ। ਆਹ ਗੋਰਾ ਵੱਛਿਆ ਜੀ, ਉਹਨੇ ਮਗਰ ਪਹਿਲਾਂ ਡੇਟ ਕਰਾਸ ਵੱਛੀ ਹੈ, ਗੋਰਾ ਵੱਛਿਆ ਨੇ ਮਗਰ, ਸੂਈ ਜੇ 10-12 ਦਿਨਾਂ ਦੀ, ਦੋ ਦਿਨ ਦੇ ਕੋਲ 12 ਲੀਟਰ ਹੈ। ਉਸ ਤੋਂ ਬਾਅਦ ਜੀ ਆਹ ਪਹਿਲਣ ਵਿਆੜ ਹੈ, ਦੂਜਨ ਵਿਆੜ ਹੈ, ਸਿਰ ਤੋਂ ਘੋਣੀ ਮਾਸ਼ਾਅੱਲਾ ਚੰਗੀ ਲੰਮੀ, ਖੂਨ ਖਾਣ ਚੰਗਾ ਹੈ, ਡਿਲੀਵਰੀ ਵਾਸਤੇ ਤਿਆਰ ਹੈ। ਆਹ ਵੀ ਸੁਮਣ ਵਾਲੀ ਹੈ, ਇਹ ਜਰਸੀ ਕਰਾਸ, ਉਸ ਤੋਂ ਬਾਅਦ ਸਹੀਵਾਲ ਕਰਾਸ, ਇਹਨਾਂ ਦੀ ਕੀਮਤ ਜਿਹੜੀਆਂ ਤਿੰਨਾਂ ਦੀ ਕੀਮਤਾਂ ਨੇ, ਉਹ ਫੋਨ 'ਤੇ ਅਗਰ ਪਹੁੰਚ ਸਕਦੇ।